पंजाब की सबसे पुरानी सेवक धूप फैक्ट्री दुकान पर रोशनी के पर्व दीपावली के मद्देनज़र पूजा अर्चना में प्रयोग में लाई जाने वाली हर प्रकार की सामग्री उपलब्ध है इस संबंधी दुकान मालिक प्रिंस शर्मा ने बताया कि ग्राहकों ने अपने घरों दुकानों और पूजा स्थलों को भव्य व आकर्षक तरीके से सजाने के लिए साज सज्जा के सामान की भी जमकर खरीदारी की उन्होंने बताया कि वे सेवक धूप फैक्ट्री दुकान के संस्थापक और अपने पिता स्वर्गीय श्री राम शर्मा की परंपरा को पूरी शिद्दत से जारी रखे हुए हैं वे उनके दर्शाए मार्ग पर चलते हुए ग्राहकों की कसौटी पर हर प्रकार से खरा उतर रहे हैं इसी को ध्यान में रखते हुए उन्होंने अपनी दुकान पर ग्राहकों की पसंद की हर प्रकार की वैरायटी उपलब्ध कराई हुई है ऋषि शर्मा ने बताया कि दीपावली के मद्देनजर बड़ी संख्या में ग्राहक श्री गणेश माता लक्ष्मी और अन्य देवी देवताओं की आकर्षक मूर्तियाँ खरीद रहे हैं दुकान पर खरीदारी को आने वाले ग्राहकों का उत्साह देखते ही बन रहा है उन्हें सौ फीसदी यकीन है कि ग्राहकों की इस बार की दीपावली बेहद खास और यादगार साबित होने वाली है जालंधर से पंकज शर्मा की रिपोर्ट ਦੀਵਾਲੀ ਦੇ ਤਿਹਾਣ ਨੂੰ ਲੈ ਕੇ ਜਿੱਥੇ ਬਾਜ਼ਾਰਾਂ ਦੇ ਵਿੱਚ ਰੌਣਕ ਦਿਖਾਈ ਦੇ ਰਹੀ ਹੈ ਉੱਤੇ ਹੀ ਹੁਣ ਜਿਹੜੇ ਲੋਕ ਹੈਗੇ ਆ ਦੁਕਾਨਾਂ ਦੇ ਉੱਤੇ ਖਰੀਦਦਾਰੀ ਕਰਨ ਲਈ ਪਹੁੰਚ ਰਹੇ ਆ ਇਸ ਟਾਈਮ ਅਸੀਂ ਖੜੇ ਆ ਸਭ ਤੋਂ ਮਸ਼ਹੂਰ ਦੁਕਾਨ ਸੇਵਕ ਤੂਕ ਫੈਕਟਰੀ ਜਗੂ ਚੌਂਗ ਜਿਹੜਾ 1975 ਤੋਂ ਲੈ ਕੇ ਹੁਣ ਤੱਕ ਜਿਹੜੇ ਲੋਕਾਂ ਨੂੰ ਆਪਣੀ ਸੇਵਾ ਪੂਜਾ ਦੇ ਸਮਾਨ ਦੀ ਵਿੱਚ ਸੇਵਾ ਦਿੰਦੀ ਆ ਰਹੀ ਹੈ ਸਾਡੇ ਨਾਲ ਮੌਜੂਦ ਹੈ ਪ੍ਰਿੰਸੀ ਜੀ ਜਿਹੜੇ ਓਨਰ ਆ ਗੱਲਬਾਤ ਕਰਨ ਪ੍ਰਿੰਸੀ ਜੀ ਪਹਿਲਾਂ ਦੈਨਿਕ ਸਵੇਰ ਇੱਕ ਦਾ ਇੱਕ ਵਾਰ ਫੇਰ ਸਵਾਗਤ ਹੈ ਥੈਂਕ ਯੂ ਜੀ ਆ ਪ੍ਰਿੰਸੀ ਜੀ ਜਿੱਦਾਂ ਦੀਵਾਲੀ ਦਾ ਤਿਹਾੜਾ ਹੈ ਠੀਕ ਹੈ ਹ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਸ਼ਹਿਰ ਵਾਸੀਆਂ ਤੇ ਦੇਸ਼ ਵਾਸੀਆਂ ਨੂੰ ਹਾਰਦੀ ਦੀਵਾਲੀ ਦੀ ਹਾਰਦਿਕ ਸ਼ੁਭ ਕਾਮਨਾئیں ਦੇਣਾ ਚਾਹੁੰਦਾ ਵਾ ਜਿਵੇਂ ਕਿ ਤੁਹਾਨੂੰ ਪਤਾ ਹੈ ਸੇਵਕਤੂ ਫੈਕਟਰੀ ਜੱਗੂ ਚੌਂਕ ਜਿਹੜੀ ਕਿ ਸ਼ਹਿਰ ਦੀ ਸਭ ਤੋਂ ਪੁਰਾਣੀ ਤੇ ਮਸ਼ਹੂਰ ਦੁਕਾਨ ਆ ਜਿਹੜੀ ਕਿ 1975 ਤੋਂ ਲੋਕਾਂ ਨੂੰ ਵਿੱਚ ਸੇਵਾ ਦਿੰਦੀ ਆ ਰਹੀ ਹੈ ਸਾਡੇ ਕੋਲ ਜਨਮ ਅਸ਼ਟਮੀ ਦੇ ਵਿੱਚ ਰਿਲੇਟਿਡ ਵੀ ਸਾਡੇ ਕੋਲ ਸਾਰਾ ਸਮਾਨ ਹੁੰਦਾ ਨਵਰਾਤੇ ਰਿਲੇਟਿਡ ਵੀ ਉਹਨਾਂ ਖਾਸ ਕਰ ਜਿਹੜੀ ਦੀਵਾਲੀ ਆ ਰਹੀ ਹੈ ਉਸਦੇ ਮੱਦੇ ਨਜ਼ਰ ਰੱਖਦੇ ਹੋਏ ਭਗਤਾਂ ਲਈ ਆਪਾਂ ਖਾਸ ਗਣੇਸ਼ ਜੀ ਤੇ ਲక్ష్ਮੀ ਵਾਸੇ ਪੂਜਾ ਸਮਗਰੀ ਲੈ ਕੇ ਆਏ ਆ ਜਿਹਦੇ ਵਿੱਚ ਲੋਕ ਸਾਡੇ ਕੋ ਖਾਸਾ ਪਸੰਦ ਕਰ ਰਹੇ ਨੇ ਤੇ ਇਹਦੇ ਵੀ ਸਾਡੇ ਕੋ ਅੱਜ ਕੱਲ ਹਰ ਇੱਕ ਚੀਜ਼ ਦੀ ਵੈਰਾਈਟੀ ਦੇ ਵਿੱਚ ਸਾਡੇ ਕੋ ਛੋਟੀ ਤੋਂ ਲੈ ਕੇ ਵੱਡੀ ਚੀਜ਼ ਦੀ ਸਾਡੇ ਕੋ ਪ੍ਰੋਪਰ ਵੈਰਾਈਟੀ ਹੈ ਅੱਜ ਕੱਲ ਪੂਰੀ ਪੂਜਾ ਕੀ ਟਾਂਦੀ ਹੈ ਗਣੇਸ਼ ਲక్ష్ਮੀ ਜੀ ਦੀ ਜਿੱਚ ਕਛੂਆ ਕ੍ਰਿਸਟਲ ਬੋਲ ਸ਼੍ਰੀ ਯੰਤਰ ਵਿਸ਼ਨੂ ਚੱਕਰ ਮੋਤੀ ਸ਼ੰਖ ਲਗੂ ਨਾਰੀਅਲ ਗੋਮਤੀ ਚੱਕਰ ਕਾਲੀ ਕੋਡੀ ਪੀਲੀ ਕੋਡੀ ਤੇ ਕੁਬੇਰਕੁੰਜੀ ਸਾਡੇ ਕੋਲ ਇਹਦੇ ਵਿੱਚ ਹੀ ਸਾਡੇ ਕੋਲ 10 ਤਰ੍ਹਾਂ ਦੀ ਵੈਰੈਟੀ ਹੈ ਜਿੱਚ ਛੋਟੇ ਤੋਂ ਲੈ ਕੇ ਵੱਡੇ ਸਾਈਜ਼ ਤੱਕ ਅਵੇਲੇਬਲ ਨੇ ਸਾਡੇ ਕੋਲ ਗੋਮਤੀ ਚੱਕਰ ਸਾਡੇ ਕੋਲ ਮੋਤੀ ਸ਼ੰਖ ਦਕਸ਼ਨਾਮੁਕੀ ਸ਼ੰਖ ਵਾਮਵ੍ਰੀਤੀ ਸ਼ੰਖ ਹਰ ਤਰੀ ਸਾਡੇ ਕੋਲ ਚੀਜ਼ ਉਪਲਬਧਾ ਦੁਕਾਨ ਤੇ ਤਾਂ ਜਿਹੜੇ ਕਿ ਗਣੇਸ਼ ਲਕਸ਼ਮੀ ਦੀ ਪੂਜਾ ਦੇ ਵਿੱਚ ਸਮੱਗਰੀ ਯੂਜ਼ ਹੁੰਦੀ ਆ ਅਪਰੰਦੀ ਜੇ ਗੱਲ ਕਰਾਂ ਦੀਵਾਲੀ ਦਾ ਤਿਉਹਾਰ ਹੈ ਦੀਵਾਲੀ ਦੇ ਤਿਹਾਰ ਨੂੰ ਲੈ ਕੇ ਜਿਹੜੇ ਲੋਕ ਹੈ ਲਕਸ਼ਮੀ ਮਾਤਾ ਦੀ ਪੂਜਾ ਕਰਦੇ ਆ ਲਕਸ਼ਮੀ ਮਾਤਾ ਦੀ ਜਿਹੜੀ ਮੂਰਤੀਆਂ ਹੈਗੀਆਂ ਆ ਉਹ ਕਿੱਥੋਂ ਕਿੱਥੋਂ ਆਉਂਦੀਆਂ ਔਰ ਕਿ ਕਿਹੜ ਦੇਖੋ ਮੂਰਤੀਆਂ ਬਹੁਤ ਪ੍ਰਕਾਰ ਦੀਆਂ ਜਿਵੇਂ ਫਾਈਬਰ ਦੇ ਵਿੱਚ ਆ ਮਿੱਟੀ ਦੇ ਵਿੱਚ ਆ ਅੱਜਕੱਲ ਵਾਈਟ ਮੈਟਲ ਦੇ ਵਿੱਚ ਵੀ ਆਂਦੀ ਹੈ ਠੀਕ ਹੈ ਅਸ਼ਦਾਤੂਚ ਵੀ ਆਂਦੀ ਹੈ ਲੋਕ ਖਾਸ ਕਰ ਜਿਹੜੇ ਆਪਾਂ ਰੱਖਦੇ ਨੇ ਦੀਵਾਲੀ ਵਿੱਚ ਲੋਕ ਰੱਖਦੇ ਨੇ ਅਸ਼ਤਾਤੂਰੀ ਮੂਰਤੀ ਜਾਂ ਪਿੱਤਲ ਦੀ ਮੂਰਤੀ ਲਕਸ਼ਮੀ ਗਣੇਸ਼ ਜੀ ਦੀ ਕਿਉਂਕਿ ਉਹਨਾਂ ਦਾ ਜਿਹੜਾ ਆਪਾਂ ਪੂਜਾ ਕਰਦੇ ਆਂ ਬੜੀ ਫਲੀਬੂਤ ਹੁੰਦੀ ਆ ਤੇ ਘਰ ਵਿੱਚ ਰੱਖਣਾ ਸਭ ਤੋਂ ਸਰਵਸ਼ੇਸ਼ਟ ਕਿਨਿਆ ਜਾਂਦਾ ਜਿਹੜੀ ਪਿੱਤਲ ਦੀ ਮੂਰਤੀ ਹੁੰਦੀ ਹੈ ਇਹ ਅਲੀਗੜ ਤੋਂ ਆਂਦੀ ਹੈ ਜਿਵੇਂ ਮਿੱਟੀ ਦੀ ਮੂਰਤੀ ਕਲਕੱਟਾ ਜਾਂ ਬੰਬੇ ਸਾਈਡ ਤੋਂ ਆਂਦੀ ਹੈ ਉਦਾਂ ਹੀ ਹਰ ਇੱਕ ਮੂਰਤੀ ਜਿਹੜੀ ਆਂਦੀ ਆ ਅਲੱਗ-ਅਲੱਗ ਜਗ੍ਹਾ ਤੋਂ ਵਾਈਟ ਮੈਟਲ ਸਾਡੇ ਕੋਲ ਜਿਹੜੀ ਮੂਰਤੀ ਆਂਦੀ ਆ ਉਹ ਸਾਡੇ ਕੋਲ ਜੋਧਪੁਰ ਤੋਂ ਆਂਦੀ ਆ ਹੋਰ ਵੀ ਬਹੁਤ ਸਾਰੀਆਂ ਜਿਵੇਂ ਕੱਲੀ ਲਕਸ਼ਮੀ ਗਣੇਸ਼ ਜੀ ਦੀ ਮੂਰਤੀ ਰੱਖਦੇ ਖਾਸ ਕਰ ਦੀਵਾਲੀ ਤੇ ਰਾਮ ਦਰਬਾਰ ਵੀ ਜੂੜ ਰੱਖਦੇ ਆ ਲੋਕ ਕਿਉਂਕਿ ਤੁਹਾਨੂੰ ਪਤਾ ਹੀ ਆ ਦੀਵਾਲੀ ਵਾਲੇ ਦਿਨ ਹੀ ਰਾਮ ਜੀ ਦਾ ਅਯੁੱਧਿਆ ਵਿੱਚ ਆਗਮਨ ਹੋਇਆ ਸੀਗਾ ਤੇ ਉਸੇ ਵਿੱਚ ਹੀ ਲੋਕਾਂ ਨੇ ਦੀਵਾਲੀ ਮਨਾਈ ਸੀਗੀ ਤੇ ਲੋਕ ਰਾਮ ਦਰਬਾਰ ਲਕਸ਼ਮੀ ਗਰੇ ਲੋਕ ਸਪੈਸ਼ਲ ਦੀਵਾਲੀ ਦੇ ਦਿਨ ਦੇ ਦਿਨ ਦੇ ਵਿੱਚ ਹੀ ਜਿਹੜੀ ਵੀ ਮੂਰਤੀ ਘਰ ਸਥਾਪਨਾ ਕਰਨੀ ਆ ਪਿੱਤਲ ਦੇ ਵਿੱਚ ਲਕਸ਼ਮੀ ਗਣੇਸ਼ ਰਾਮ ਦਰਬਾਰ ਸ਼ਿਵ ਪਰਿਵਾਰ ਵਿਸ਼ਨੂੰ ਲਕਸ਼ਮੀ ਧਨਵੰਤਰੀ ਕੁਬੇਰ ਜੀ ਸਾਡੇ ਕੋਲ ਹਰ ਤਰ੍ਹਾਂ ਦੀ ਮੂਰਤੀ ਅਵੇਲੇਬਲ ਆਂਦੀ ਆ ਹੁਣ ਸਾਡੇ ਕੋਲ ਸਪੈਸ਼ਲੀ ਆ 골ਡਨ ਵਿੱਚ ਰਾਮ ਦਰਬਾਰ ਆਏ ਇਹ ਲੋਕ ਬਹੁਤ ਹੀ ਲਾਈਕ ਕਰਦੇ ਨੇ ਤੇ ਲੋਕ ਘਰ ਵਿੱਚ ਇਹ ਖਾਸ ਕਰ ਸਾਡੇ ਕੋਲ ਜੁਵਲਰ ਸ਼ਾਪ ਬਲੇ ਲੈ ਕੇ ਜਾਂਦੇ ਆ ਉਹ ਕਹਿੰਦੇ ਕਿ ਸਾਡੇ ਪੂਰੀ ਲੱਗਦੀ ਹੈ ਕਿਵੇਂ 골ਡ ਦੀ ਹੈ ਮੂਰਤੀ ਤੇ ਸਾਡੇ ਕੋਲ ਬਹੁਤ ਜ਼ਿਆਦਾ ਲੋਕ ਇਹ ਚੀਜ਼ਾਂ ਮਤਲਬ ਕਿ ਖੁਸ਼ ਹੋ ਕੇ ਲੈ ਕੇ ਜਾਂਦੇ ਆ ਕਿਉਂਕਿ ਆਪਾਂ ਤੇ ਇਹ ਜਾਣਦੇ ਆ ਕਿ ਕਿਹੜੀ ਦੀਵਾਲੀ ਹੈ ਪੂਰੇ ਸ਼ਹਿਰ ਤੇ ਦੇਸ਼ ਵਾਸੀਆਂ ਵਾਸਤੇ ਬੜ ਤੇ ਬਾਕੀ ਜਿਹੜਾ ਸਾਡਾ ਕੰਮ ਹੈਗਾ ਤੁਹਾਨੂੰ ਤੇ ਪਤਾ ਹੀ ਆ ਸਾਡੇ ਕੋਲ ਲੋਕ ਖੁਸ਼ੀ ਦੇ ਮੌਕੇ ਤੇ ਹੀ ਆਂਦੇ ਆ ਤੇ ਆਪਾਂ ਤੇ ਆ ਕਹਿੰਨੇ ਕਿ ਹਰ ਘਰ ਦੇ ਵੀਰ ਦੇ ਵਿੱਚ ਖੁਸ਼ੀਆਂ ਦੀ ਬਹਾਰ ਬਣੀ ਰਵੇ ਹਾਂ ਜੇ ਗੱਲ ਕਰਾਂ 1975 ਤੋਂ ਲੈ ਕੇ ਹੁਣ ਤੱਕ ਵੀ ਲੋਕਾਂ ਨੂੰ ਸੇਵਾ ਦੇ ਦੇ ਇੱਕੋ ਛੱਤ ਦੇ ਉੱਤੇ ਹਰ ਜਿਹੜੋ ਵੀ ਕੋਈ ਤਿਹਾਰ ਆਂਦਾ ਤੁਹਾਡੀ ਦੁਕਾਨ ਤੇ ਮਿਲਦਾ ਹਾਂਜੀ ਉਹ ਤੇ ਤੁਹਾਨੂੰ ਜਿਵੇਂ ਪਤਾ ਹੀ ਆ ਸੇਵਕ ਤੋਂ ਫੈਕਟਰੀ ਜੱਗੂ ਚੌਂਕ ਵਿੱਚ ਜਨਮ ਅਸ਼ਟਮੀ ਹੋਗੇ ਨਵਰਾਤਰੇ ਹੋਗੇ ਜਾਂ ਫਿਰ ਦੀਵਾਲੀ ਹੋ ਗਈ ਸ਼ਿਵਰਾਤਰੀ ਹੋ ਗਈ ਹਰ ਤਰ੍ਹਾਂ ਦੀ ਜਿਹੜੀ ਪੂਜਾ ਸਮਾਨ ਆ ਭਾਵੇਂ ਵਿਆਹਾਂ ਦਾ ਸਮਾਨ ਆ ਹਵਨ ਸਮੱਗਰੀ ਦਾ ਸਮਾਨ ਆ ਹਵਨ ਯੱਗੇ ਦਾ ਸਮਾਨ ਆ ਬਗਲਾमुखी ਮਾਤਾ ਦੇ ਹਵਨ ਦੇ ਯੱਗੇ ਦਾ ਸਮਾਨ ਸਾਡੇ ਕੋਲ ਆਲਰੇਡੀ ਸਾਰੀਆਂ ਹੀ ਚੀਜ਼ਾਂ ਅਵੇਲੇਬਲ ਮਿਲਦੀਆਂ ਜੜੀਆਂ ਬੂਟੀਆਂ ਮੂਰਤੀਆਂ ਜਿਹੜਾ ਕੋਈ ਹਵਨ ਦੇ ਵਿੱਚ ਯੂਜ਼ ਹੁੰਦੀਆਂ ਸਾਡੇ ਕੋਲ ਹਰ ਇੱਕ ਚੀਜ਼ ਇੱਥੇ ਅਵੇਲੇਬਲ ਆ ਸਾਡੀ ਦੁਕਾਨ ਤੇ ਤੁਸੀਂ ਦੇਖ ਸਕਦੇ ਹੋ ਦੀਵਾਲੀ ਦੇ ਤਿਹਾਣ ਨੂੰ ਲੈ ਕੇ ਜਿੱਥੇ ਲੋਕ ਖਰੀਦਾਰੀ ਕਰਨ ਲਈ ਪਹੁੰਚ ਰਹੇ ਨੇ ਦੀਵਾਲੀ ਦੇ ਤਿਹਾਣ ਨੂੰ ਲੈ ਕੇ ਖਰੀਦਾਰੀ ਕੀਤੀ ਜਾ ਰਹੀ ਆ ਰਿਸ਼ੀ ਜੀ ਵੀ ਸਾਡੇ ਨਾਲ ਮੌਜੂਦ ਆ ਰਿਸ਼ੀ ਜੀ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਆ ਜੀ ਜੀ ਦੀਵਾਲੀ ਦਾ ਤਿਹਾਰ ਹੈ ਦੀਵਾਲੀ ਦੇ ਤਿਹਾਰ ਨੂੰ ਲੈ ਕੇ ਲੋਕ ਕਾਫੀ ਤਰ੍ਹਾਂ ਨਾਲ ਘਰ ਦੀ ਸਜਾਵਟ ਕਰਦੇ ਘਰ ਦੀ ਸਜਾਵਟ ਕਰਨ ਲਈ ਤੁਹਾਡੇ ਕੋਲ ਕੀ ਕੀ ਵੈਰਾਈਟੀ ਹੈਗੀ ਔਰ ਕਿੱਥੋਂ ਕਿੱਥੋਂ ਆਈ ਹੋਈ ਹੈ ਪਹਿਲੇ ਤੇ ਸਾਰੇ ਜਿਹੜੇ ਦਰਸ਼ਕ ਦੇਖ ਰਹੇ ਉਹਨਾਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਆਪਾਂ ਦੇਖੋ ਮੈਂ ਰਿਸ਼ੀ ਸ਼ਰਮਾ RAM ji sevak ਤੋਂ ਜੱਗੂ ਚੌਂਗ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਦੱਸਣਾ ਚਾਹੁੰਦਾ ਦੀਵਾਲੀ ਦੀ ਜਿਹੜੀ ਕਿ ਤੁਹਾਡੇ ਸ਼ਹਿਰ ਵਾਸੀਆਂ ਵਾਸਤੇ ਜਿਹੜੀ ਸਜਾਵਟ ਜੇ ਤਾਂ ਲੜੀਆਂ ਹੋ ਗਈਆਂ ਮੂਰਤੀਆਂ ਹੋ ਗਈਆਂ ਲਕਸ਼ਮੀ ਗਣੇਸ਼ ਦੀਆਂ ਮਿੱਟੀ ਦੀਆਂ ਮੂਰਤੀਆਂ ਹੋ ਗਈਆਂ ਜਿਹੜੀਆਂ ਕਿ ਸਪੈਸ਼ਲ ਮੰਗਵਾਈਆਂ ਗਈਆਂ ਹਨ ਜਿਸ ਦੇ ਵਿੱਚ ਤੁਹਾਨੂੰ ਪਿੱਤਲ ਦੀਆਂ ਅਸ਼ਟ ਧਾਤੂ ਦੀਆਂ ਸਾਰੀਆਂ ਮੂਰਤੀਆਂ ਬਹੁਤ ਤਰ੍ਹਾਂ ਦੀ ਵੈਰਾਈਟੀ ਤੁਹਾਨੂੰ ਇੱਥੇ ਮਿਲੇਗੀ ਤੇ ਤੁਹਾਨੂੰ ਆਪਣੇ ਮੰਦਰ ਦੇ ਸਜਾਵਟ ਦਾ ਹਰੇਕ ਸਮਾਨ ਤੇ ਉਹ ਵੀ ਮਿਲੇਗਾ ਤੇ ਸਪੈਸ਼ਲ ਜਿਹੜੇ ਸਾਡੇ ਕੋਲ ਦੇਖੋ ਪੂਜਾ ਕਿੱਟ ਬਣੀ ਹੋਈ ਆ ਇਹਦੇ ਵਿੱਚ ਘੱਟ ਤੋਂ ਘੱਟ ਨਹੀਂ ਤੁਹਾਨੂੰ 40 ਤੋਂ 50 ਆਈਟਮਾਂ ਮਿਲਦੀਆਂ ਨੇ ਇਹ ਤੁਹਾਨੂੰ ਸ਼ਹਿਰ ਦੇ ਵਿੱਚ ਕਿੱਥੋਂ ਨਹੀਂ ਮਿਲੇਗੀ ਇਹਦੇ ਵਿੱਚ ਸੁੱਕਾ ਧਨੀਆ ਗੋਮਤੀ ਚੱਕਰ ਪੀਲੀ ਕੋਟੀ ਹਰੇਕ ਚੀਜ਼ ਜਿਹੜੀ ਆ ਇਹ ਸਾਡੇ ਕੋਲ ਤੁਸੀਂ ਆਣਾ ਤੇ ਇਹ ਚੱਕ ਕੇ ਚੱਲ ਜਾਣਾ ਤੇ ਆਪਣੀ ਦੀਵਾਲੀ ਦੀ ਪੂਜਾ ਕਰ ਲੈਣੀ ਹੈ ਬਸ ਇਹ ਮੈਂ ਸਾਰੇ ਸ਼ਹਿਰ ਵਾਸੀ ਨੂੰ ਅਪੀਲ ਕਰਦਾ ਇੱਕ ਵਾਰੀ ਜੱਗੂ ਚੌਂਗ ਸੇਵਕ ਧੂਤੇ ਪਹੁੰਚੋ ਤੇ ਦੀਵਾਲੀ ਦੀ ਆਪਣੀ ਖਰੀਦਦਾਰੀ ਕਰੋ ਹਾਂ ਲక్ష్ਮੀ ਮਾਤਾ ਦੀ ਔਰ ਗਣੇਸ਼ ਜੀ ਦੀ ਮੂਰਤੀ ਹੈ ਉਹ ਕਿੱਥੋਂ ਕਿੱਥੋਂ ਆਈ ਹੈ ਔਰ ਜੇ ਗੱਲ ਕਰਨਾ ਪ੍ਰਾਈਸ ਦੀ ਪ੍ਰਾਈਸ ਕਿੱਥੋਂ ਸ਼ੁਰੂ ਹੁੰਦਾ ਤੇ ਕਿੱਥੇ ਅੱਗੇ ਖਤਮ ਹੁੰਦਾ ਦੇਖੋ ਜੀ ਲక్ష్ਮੀ ਗਣੇਸ਼ ਜੀ ਜਿਹੜੀ ਮੂਰਤੀ ਆ ਉਹ ਸਾਡੇ ਕੋਲ ਦੇਖੋ ਮਿੱਟੀ ਦੇ 100 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ ਉਦੇ ਪਿੱਤਲ ਦੀ ਅਸ਼ਟਧਾਤੂ ਦੀ ਫਾਈਬਰ ਦੀ ਹਰੇਕ ਚਰਾ ਦੀ ਰੇਂਜ ਜਿਹੜੀ ਹੈ ਬਜ਼ਾਰ ਨਾਲੋਂ ਬਹੁਤ ਹੀ ਸਸਤੇ ਰੇਟਾਂ ਤੇ ਉਪਲਬਧ ਕਰਾਈ ਗਈ ਹੈ ਸ਼ਹਿਰ ਵਾਸੀਆਂ ਨੂੰ ਤੇ ਫਾਈਬਰ ਮਾਰਬਲ ਲੁੱਕ ਡਸਟ ਮਾਰਬਲ ਅੱਜ ਕੱਲ ਜਿਹੜੀ ਸਪੈਸ਼ਲ ਮੂਰਤੀ ਹੈ ਸਾਡੇ ਕੋਲ ਸੁਪਰ ਫਾਈਨ ਆਈ ਹੋਈ ਹੈ ਪਿੱਤਲ ਦੀ ਤੇ ਕੁਬੇਰ ਦੀ ధਨਮੰਤਰੀ ਦੀ ਕਿ ਜਿਹੜੀ ਲੋਕੀ ਬਹੁਤ ਲਾਈਕ ਕਰਦੇ ਹਨ ਤੇ ਉਹ ధਨਮੰਤਰੀ ਜਿਹੜੇ ਕਿ ਬਹੁਤ ਧਨ ਦੇ ਮਾਲਕ ਹਨ ਤੇ ਕੁਬੇਰ ਤੇ ధਨਮੰਤਰੀ ਜਿਹੜੇ ਸੁੱਖ ਸਮ੍ਰiddhi ਤੇ ਆਪਣੇ ਪ੍ਰੇਰਨਦਾਇਕ ਘਰ ਦੇ ਵਿੱਚ ਸ਼ਾਂਤੀ ਵਾਸਤੇ ਉਹ ਲੋਕੀ ਬਹੁਤ ਲੈ ਕੇ ਜਾ ਰਹੇ ਹਨ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਕਹਿਣਾ ਚਾਹੁੰਦਾ ਇੱਕ ਵਾਰੀ ਆਣ ਤੇ ਇਹਨਾਂ ਦੀ ਖਰੀਦਦਾਰੀ ਜ਼ਰੂਰ ਕਰਨ ਕਿ ਦੇਖੋ ਸਾਲ ਦੇ ਵਿੱਚ ਇੱਕ ਤਿਉਹਾਰ ਦੀਵਾਲੀ ਦਾ ਤਾਂ ਹੁੰਦਾ ਕਿ ਜਿਹਦੇ ਵਿੱਚ ਆਪਣਾ ਕੁਬੇਰ ਜੀ ਦੀ ధਨ ਮੰਤਰੀ ਜੀ ਦੀ ਜਿਹੜੀ ਪੂਜਾ ਕੀਤੀ ਜਾਂਦੀ ਹੈ ਤੇ ਮੈਂ ਇੱਕ ਵਾਰੀ ਸਾਰੇ ਸ਼ਹਿਰ ਵਾਸੀਆਂ ਨੂੰ ਜ਼ਰੂਰ ਕਹੂੰਗਾ ਕਿ ਇੱਕ ਵਾਰੀ ਜ਼ਰੂਰ ਇਹਨਾਂ ਨੂੰ ਖਰੀਦੋ ਆਪਣੇ ਘਰ ਦੇ ਵਿੱਚ ਇਹਨਾਂ ਦਾ ਜਿਹੜਾ ਆਪਣਾ ਸਥਾਪਿਤ ਕਰੋ ਤੇ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕਰੋ ਜੀ ਗੱਲ ਕਰਨਾ ਪਿਛਲੀ ਦੀਵਾਲੀ ਨੂੰ ਤੂੰ ਲੈ ਕੇ ਜਿਹੜੀ ਇਸ ਵਾਰ ਦੀਵਾਲੀ ਆਈ ਹੈ ਕਿੰਦਾ ਦਾ ਕਸਟਮਰ ਆ ਰਿਹਾ ਕਿ ਕੀ ਰਿਸਪੌਂਸ ਮਿਲ ਰਿਹਾ ਰਿਸਪੌਂਸ ਤੇ ਦੇਖੋ ਜੀ ਬਹੁਤ ਵਧੀਆ ਮਿਲ ਰਿਹਾ ਹੈ ਸ਼ਹਿਰ ਦੇ ਤੁਸੀਂ ਦੇਖੋ ਆਪਣਾ ਬਾਜ਼ਾਰ ਦੇਖੋ ਪੂਰਾ جگਮਗਵਾਇਆ ਹੋਇਆ ਤੇ ਸਾਰੇ ਬੜੇ ਖੁਸ਼ੀ ਤੇ ਹਰਸ਼ ਉਲਾਸ ਦੇ ਨਾਲ ਆ ਰਹੇ ਹਨ ਤੁਹਾਡੇ ਸਾਹਮਣੇ ਹੀ ਇਹ ਸਾਰੇ ਕਿ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਕਰਾਊਡ ਹੈਗਾ ਤੇ ਲੋਕਾਂ ਦੇ ਵਿੱਚ ਕਿੰਨਾ ਹੁਸਾ ਹੈਗਾ ਹਰੇਕ ਬੰਦਾ ਆਪਣੇ ਮੰਦਰ ਲਈ ਸਜਾਵਟ ਦਾ ਸਮਾਨ ਮੰਦਰ ਦੇ ਜਿਹੜੇ ਮੁਕਟ ਆ ਮੰਦਰ ਦੀਆਂ ਜਿਹੜੀਆਂ ਡਰੈੱਸਾਂ ਉਹ ਸਾਰੇ ਖਰੀਦਦਾਰੀ ਕਰ ਰਹੇ ਹਨ ਤੇ ਤੁਸੀਂ ਵੀ ਆਓ ਤੇ ਆਪਣੇ ਭਗਵਾਨ ਨੂੰ ਆ ਕੇ ਸਜਾਓ ਤੇ ਆਪਣੇ ਆਇਸ਼ ਦਾ ਆਸ਼ੀਰਵਾਦ ਪ੍ਰਾਪਤ ਕਰੋ ਇਹ ਸੀ ਸੇਵਕ ਟੂਪ ਫੈਕਟਰੀ ਦੇ ਓਨਰ ਜਿਨ੍ਹਾਂ ਨੇ ਦੱਸਿਆ ਕਿ ਲੋਕ ਇੱਥੇ ਖਰੀਦਦਾਰੀ ਕਰਨ ਲਈ ਪਹੁੰਚ ਰਹੇ ਨੇ ਔਰ ਲੋਕਾਂ ਦੇ ਵਿੱਚ ਕਾਫੀ ਉਤਸ਼ਾਹਿਤ ਦਿਖਾਈ ਦੇ ਰਿਹਾ ਹੈ ਸੇਵਕਤੂ ਫੈਕਟਰੀ ਦੇ ਉੱਤੇ ਜਿਹੜੇ ਲੋਕ ਖਰੀਦਾਰੀ ਕਰਨ ਲਈ ਪਹੁੰਚੇ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਮੈਡਮ ਤੁਸੀਂ ਅੱਜ ਇੱਥੇ ਸੇਵਕਤੂ ਫੈਕਟਰੀ ਦੀ ਦੁਕਾਨ ਦੇ ਉੱਤੇ ਪਹੁੰਚੀ ਹੋ ਦੀਵਾਲੀ ਦੇ ਤੇ ਸਾਨੂੰ ਦੇ ਗਿਫਟ ਲੈਣ ਉਹ ਸਮਾਨ ਵਾਸਤੇ ਕਿੱਦਾਂ ਦਾ ਸਮਾਨ ਮਿਲ ਰਿਹਾ ਜੇ ਗੱਲ ਕਰਾਂ ਰੇਟ ਦੀ ਰੇਟ ਕਿੱਦਾਂ ਦੇ ਲੱਗਦੇ ਨੇ ਰੇਟ ਬਿਲਕੁਲ ਸਹੀ ਹੁੰਦੇ ਨੇ ਇਹਨਾਂ ਨੇ ਸਾਨੂੰ ਤਾਂ ਬਿਲਕੁਲ ਸਹੀ ਲਗਾਉਂਦੇ ਆ ਅੱਜ ਕੱਲ ਜਿਹੜੀ ਵੀ ਦੁਕਾਨ ਤੇ ਚਲਜੋ ਰੇਟ ਜਿਆਦਾ ਹੀ ਜਿਆਦਾ ਹੈ ਸਭ ਤੋਂ ਜਿਆਦਾ ਹੈ ਇਹਨਾਂ ਦੇ ਠੀਕ ਨੇ ਰੇਟ ਜੇ ਗੱਲ ਕਰਾਂ ਵੈਰਾਈਟੀ ਦੀ ਵੈਰਾਈਟੀ ਕਿੱਦਾਂ ਦੀ ਮਿਲ ਵੈਰਾਈਟੀ ਸਾਰੀ ਜਲੰਧਰ ਚ ਸਭ ਤੋਂ ਜ਼ਿਆਦਾ ਇਨਾਂ ਕੋ ਹੈ ਵੈਰਾਈਟੀ ਕਿਉਂਕਿ ਮੈਂ ਵੀ ਉਹ ਚਾਰ ਦੁਕਾਨਾਂ ਤੋਂ ਫਿਰ ਕਿਹਾ ਹੀ ਮੈਨੂੰ ਉਹ ਸਮਾਨ ਨਹੀਂ ਮਿਲਿਆ ਜੋ ਮੈਂ ਲੈਣਾ ਸੀ ਪਰ ਇਹਨਾਂ ਦੀ ਸ਼ਾਪ ਤੋਂ ਮੈਨੂੰ ਮਿਲ ਗਿਆ ਹਾਂ ਜੇ ਗੱਲ ਕਰਾਂ ਲੋਕ ਦੀਵਾਲੀ ਦੇ ਤਿਹਾਣ ਨੂੰ ਤਿਹਾੜ ਦੇ ਵਿੱਚ ਘਰਾਂ ਦੀ ਸਜਾਵਟ ਵੀ ਕਰਦੇ ਆ ਜੇ ਗੱਲ ਕਰਾਂ ਸਜਾਵਟ ਦੀ ਸਜਾਵਟ ਦਾ ਸਮਾਨ ਇਹਨਾਂ ਕੋਲ ਕਿਦਾਂ ਦਾ ਸਭ ਤੋਂ ਜ਼ਿਆਦਾ ਸੋਨਾ ਸਮਾਨ ਹੀ ਇਹਨਾਂ ਕੋਲ ਹੁੰਦਾ ਹੈ ਮਤਲਬ ਜੋ ਮਤਲਬ ਦਿਲ ਕਰਦਾ ਆ ਵੀ ਲੈ ਲਓ ਸਾਰਾ ਕੁਝ ਲੈ ਲਓ ਆ ਵੀ ਲੈ ਲਓ ਆ ਵੀ ਲੈ ਲਓ ਇਸ ਤਰ੍ਹਾਂ ਦਾ ਸਮਾਨ ਹੁੰਦਾ ਹੈ ਵੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇੱਕ ਵਾਰੀ ਫੇਰ ਤੁਹਾਨੂੰ ਸਾਂਝੀਆਂ ਕਰ ਦਿੰਦੇ ਨੇ ਸੇਵਕ ਤੋਂ ਫੈਕਟਰੀ ਦੀ ਦੁਕਾਨਦਿਆਂ ਨੇ ਜਿੱਥੇ ਲੋਕ ਦੀਵਾਲੀ ਦੇ ਤਿਹਾੜੀ ਨੂੰ ਲੈ ਕੇ ਜਿਹੜੇ ਆ ਖਰੀਦਦਾਰੀ ਕਰਨ ਲਈ ਪਹੁੰਚੇ ਹੋਏ ਨੇ ਕੈਮਰਾਮੈਨ ਰਾਜੀ ਦੇਨਾ ਵਿਨੈਕ ਸ਼ਰਮਾ ਦੈਨਿਸਵਲਾ ਟੀਵੀ ਚਲੰਗਾ